ओके भाई रेडी 3 2 1 चलो कर दे रहे ए बंदे ने जेडे अड़ोंदे आ ड्रोन वाला देखो इना दी गप्पा बंद नहीं हो रही है ते मुड़ के गणा ही लावा ते बंद नहीं हो रहा ओ जन किस गल्ला थोड़ा टाइम कितना हो गया देख ला सागा टाइम आ टाइम देखो जी 1 बज गया देख देखो टाइम चलो ध्यान ना गड्डी चक लेनी तन्नू हाँ जी भाजी किदा लग रहा वेट करा के वेटिंग वेटिंग है ना बहुत अच्छा की करिए काम करना पड़ता चलो कोई गल नहीं ओ सच भाजी हुणां नूं तां मनाउणा भुल गए चाहे समीर भाजी लाउण वाला ब्लॉग सो इहनां दा वी चैनल हैगा ਉਹਨਾਂ ਦਾ ਸਬਸਕ੍ਰਾਈਬ ਕਰੇ ਜ਼ਰੂਰ ਅੱਜ ਭਾਜੀ ਨੂੰ ਮਿਲਾਉਣਾ ਸੀਗਾ ਤੇ ਮਿਲਾ ਹੋ ਗਿਆ ਅੱਜ ਠੀਕ ਆ ਤੇ ਪਰ ਵਾਰੀ ਵੱਡੀ ਲੇਟ ਆਈ ਵਾਰੀ ਵੱਡੀ ਲੇਟ ਆਈ ਚਲੋ ਆ ਗਈ ਵਾਰੀ ਦੇਖੋ ਇਹਨਾਂ ਦੀਆਂ ਗੱਪਾਂ ਬੰਦ ਨਹੀਂ ਹੋ ਰਹੀਆਂ ਤੇ ਫਿਰ ਮੁੜ ਕੇ ਕਹਿਣਾ ਹੀ ਲਾਵਾਂ ਤੇ ਸਾਡਾ ਕੰਮ ਨਹੀਂ ਹੋਇਆ ਫੌਜਾਂ ਸਾਡੀਆਂ ਤਿਆਰ ਆ ज़्यादा क्लोजअप नहीं रखना ज़्यादा वाइट रखना है सर जी कह रहे हैं और पोर्टल चल रहे हैं यहाँ पे हाँ जी परेशान का तो होंगे भाई बहुत ज़्यादा किस गल का टाइम कितना हो गया देख ला सागा टाइम देखो जी 1 बज गया देख देखो टाइम चलो ध्यान ना गड्डी चक लेनी तुहानू रोटी भी नहीं खाधी पोर्टल करने हैं ना हाले कपल पोर्टल चलते पे सेम रहना प्लीज ਤੁਸੀਂ ਉਧਰ ਧਿਆਨ ਲਾਓ ਲਾਈਟ ਵੱਲ ਸਾਡੇ ਲਾਈਟ ਉਹ ਤੁਹਾਡੇ ਕੈਮਰੇ ਅੱਗੇ ਭਾਫ ਆਈ ਸੀ ਹੁਣ ਠੀਕ ਹੋ ਗਈ ਹੁਣ ਹਾਂ ਕਰਤੀ ਚਲੋ ਠੀਕ ਹੈ ਹੈ ਨਹੀਂ ਭਾਜੀ ਇੱਥੇ ਚਲੋ ਭਾਜੀ ਹੈ ਨਹੀਂ ਇੱਥੇ ਮਨ ਹੋ ਗਿਆ ਚਲੋ ਭਾਜੀ ਦੀ ਵਾਰੀ ਹੁਣ ਵੀਡੀਓ ਲਈ एंड डाउन एक दूजे वाली साइड देखो फिर भाजी एक दूजे वाली साइड देखना एंड किस करके दोबारा देखो ठीक है के सज्जना असि हवा दे विच उड़दे आ असि उड़दे आ ए बंदे ने जेडे अड़ोंदे आ ड्रोन वाला
ਡਰੋਨ ਵਾਲਾ ਇਹ ਭਾਈ ਡਰੋਨ ਵਾਲਾ ਆ ਇਹ ਡਰਾਉਂਦੇ ਆ ਲੋਕਾਂ ਨੂੰ ਤੂੰ ਕਿਹੜੇ ਚੱਕਰਾਂ 'ਚ ਪਿਆ ਉਹ ਤੂੰ ਕਿਹੜੇ ਚੱਕਰਾਂ 'ਚ ਪਿਆ ਮੈਂ ਤਾਂ ਪੰਡਿਤ ਹਾਂਜੀ ਪਾ ਗਿਆ ਪੰਡਿਤ ਕੀ ਕਹਿੰਦਾ ਪੰਡਿਤ ਕਹਿੰਦਾ ਜਲਦੀ ਲੈ ਜਾਓ ਮੈਂ ਘੰਟੇ ਨੂੰ ਮਿਲ ਜੂੰਗਾ ਘੰਟੇ 'ਚ ਡੇਢ ਘੰਟਾ ਉਹ ਮੰਮਾ ਲਾਵਾਂ ਪੜਨੀਆਂ ਤੁਹਾਨੂੰ ਆਪ ਕਹਿੰਦਾ ਮੈਂ ਡੇਢ ਘੰਟੇ ਲਾਵਾਂ ਕਰਾ ਦੇ ਕਹਿੰਦਾ ਮੈਂ ਹਾਂ ਓਕੇ ਓਕੇ ਸਾਊਂ ਨਹੀਂ ਦੇਖਿਆ ਭਾਈ ਤੂੰ ਗੱਲ ਰੈਡੀ ਮੈਮ 1 2 3 12 ਕਰੋ ओके भाई रेडी 3 2 1 चलो कर दे रहो मैम कर दे रहो ओके थैंक यू मैम थैंक यू सर ये समान देख कितना पैक कर दे जिद्दा भखारी नहीं होंगे भाई समान पूरा करना है समान तो तेन पूरा करना ही पैना तेन पता ही है फिर मुड़ के की होंगे समान पूरा पैक करके एक बार मैं चेक करा दी ਅੱਜ ਦਾ ਵਲੋਗ ਵਿਹਲੇ ਅਸੀਂ ਹੋ ਗਏ ਹਾਂ ਅਤੇ ਮੁੰਡਾ ਕੁੜੀ ਬੈਠੇ ਆ ਲਾਵਾਂ 'ਤੇ ਬੰਦੇ ਲੱਗੇ ਆ ਸਮਾਨ ਇਕੱਠਾ ਕਰਨ ਅਤੇ ਬਸ ਥੋੜ੍ਹੇ ਟਾਈਮ ਤੱਕ ਅਸੀਂ ਲੱਗੇ ਆ ਨਿਕਲਣ ਪੈਕਅਪ ਹੋ ਚੁੱਕਾ ਆ ਪਿੱਛੇ ਬੈਕਗਰਾਊਂਡ 'ਚ ਤੁਸੀਂ ਦੇਖ ਰਹੇ ਹਾਂ ਕਿ ਮੁੰਡੇ ਆਪਣਾ ਸਮਾਨ ਇਕੱਠਾ ਕਰਦੇ ਪਏ ਆ ਹੋਰ 5-10 ਮਿੰਟ ਤੱਕ ਅਸੀਂ ਲੱਗੇ ਹਾਂ ਇੱਥੋਂ ਨਿਕਲਣ ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਕਿਸੇ ਵੀਡੀਓ ਦੇ ਵਿੱਚ ਚੰਗਾ ਭਾਜੀ ਓਕੇ ਮੈਂ ਗੱਡੀ ਲੈ ਕੇ ਆਉਣਾ ਇੱਥੇ ਮੈਂ ਲੈ ਕੇ ਆਉਣਾ ਅੰਧੇਰੇ ਮੈਂ ਖੜੀ ਦਿਖਤੀ ਵੀ ਨਹੀਂ ਹੈ ਹਮਾਰੀ ਰਾਣੀ ਸੁੰਦਰਾ ਖਾਲੀ ਆਵਾਜ਼ ਸੇ ਸੁਣਾਈ ਦੇਗੀ ਬੋਲ ਪੀਓ